ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖਣ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਆਪਣੀ ਐਮੀ ਵੀਡੀਓ ਦੇ ਵਿੱਚ ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ 07876196625 ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲਾ ਸੰਦ ਜਿਵੇਂ ਕਿ ਟਰੈਕਟਰ ਹਲ ਤਵੀਆਂ ਸੁਭਾਗਾ ਜ਼ਮੀਨ ਪਲਾਟ ਰੋਟਾਵੇਟਰ ਕੰਪਾਈਨ ਤੂੜੀ ਵਾਲਾ ਰੀਪਰ ਕਿਸੇ ਵੀ ਸਹਜ ਦਾ ਟਰਾਲਾ ਜਾਂ ਟਰੋਲੀ ਕਿਸੇ ਵੀ ਸਹਜ ਦਾ ਰੋਟਾਵੇਟਰ ਸੇਲ ਵਾਸਤੇ ਹੈ ਤਵੀਆਂ ਵਗੈਰਾ ਸੇਲ ਵਾਸਤੇ ਹੈ ਟਰਾਲੀ ਵੀਰੋ ਕਿਸੇ ਵੀ ਸਹਜ ਦੀ ਹੈ ਉਸ ਦੀ ਐਡ ਆਪਣੇ ਚੈਨਲ ਟਰੈਕਟਰ ਚਾਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਹਰੇਕ ਸਾਹ ਨੇ ਵੀਰੋ 5 ਤੋਂ 6 ਫੁੱਟ ਮਾ 5 ਤੋਂ 6 ਫੁੱਟ ਮਾ ਲਾਜ਼ਮੀ ਨੇ ਬਾਕੀ ਬਣਨ ਦੀ ਜਾਣਕਾਰੀ ਏਰੀਆ ਰੇਟ ਮੋਬਾਈਲ ਨੰਬਰ ਰੇਟ ਸਹੀ ਮਾਰਕੀਟ ਵੈਲਿਊ ਨਾਲ ਭੇਜਣਾ ਤਾਂ ਕਿ ਸਾਨੀ ਦੇ ਨਾਲ ਐਡ ਕਰ ਸਕੀ ਤੇ ਤੁਹਾਡਾ ਸਾਧਨ ਸਾਨੀ ਦੇ ਨਾਲ ਸੇਲ ਹੋ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫਿਰ ਮਹਿੰਦਰਾ 475 DI ਟਰੈਕਟਰ ਸੇਲ ਵਾਸਤੇ ਭੂਮੀ ਪੁੱਤਰ ਮਾਡਲ ਦੀ ਆਪਾਂ ਗੱਲ ਕਰੀਏ 2008 ਮਾਡਲ ਟਰੈਕਟਰ ਹੈ ਜੀ ਟਾਇਰਾਂ ਦੀ ਕੰਡੀਸ਼ਨ 90% ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਆਲ オリジナル ਟਰੈਕਟਰ ਹੈ ਟਰੈਕਟਰ ਦੇ ਓਨਰ ਦੇ ਦੱਸਣ ਅਨੁਸਾਰ ਹਰਿਆਣਾ ਨੰਬਰ ਟਰੈਕਟਰ ਹੈ ਜੀ ਪੇਪਰ ਵਗੈਰਾ ਕੰਪਲੀਟ ਮਿਲ ਜਾਣਗੇ ਜੋ ਵੀ ਵੀਰ ਖਰੀਦਣ ਦਾ ਚਾਹਵਾਣਾ ਹੈ ਮੌਕੇ ਦੇ ਟਰੈਕਟਰ ਨੂੰ ਸੰਤੁਸ਼ਟੀ ਕਰਕੇ ਖਰੀਦ ਸਕਦਾ ਚਲਾ ਕੇ ਚੈੱਕ ਆ ਕੇ ਖਰੀਦ ਸਕਦਾ ਹੈ ਪੇਂਟ ਵਗੈਰਾ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਜੀ ਸਿੰਪਲ ਟਰੈਕਟਰ ਹੈ ਕਿਸੇ ਪ੍ਰਕਾਰ ਦੀ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਟਰੈਕਟਰ ਦੇ ਵਿੱਚ ਸਿੰਪਲ ਟਰੈਕਟਰ ਹੈ ਮਹਿੰਦਰਾ 475 ਡੀਆਈ ਭੂਮੀਪੁੱਤਰ ਟਰੈਕਟਰ ਹੈ 2008 ਮਾਡਲ 90% ਟਾਇਰ ਨੇ ਜੀ オリジナル ਟਰੈਕਟਰ ਹੈ ਰੇਟ ਦੀ ਆਪਾਂ ਗੱਲ ਕਰੀਏ ਰੇਟ ਵਿਰਾਂ ਵੱਲੋਂ ਰੱਖਿਆ ਗਿਆ 2,50,000 ਰੁਪਏ 250000 ਰੁਪਇਆ ਬਰਵਲੋ ਰੇਟ ਰੱਖਿਆ ਗਿਆ ਔਰ ਬਿਰਾਂ ਦਾ ਏਰੀਆ ਜੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਕੋਟਪਾਰਾ ਪਿੰਡ ਹੈ ਜੀ ਬਿਰਾਂ ਦਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਕੋਟਪਾਰਾ ਬਧੇਰੀ ਜਾਨਕਾਰੀ ਲਈ ਬਿਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਨੰਬਰ ਤੇ ਬਿਰਾਂ ਨਾਲ ਗੱਲਬਾਤ ਕਰਕੇ ਡਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਮੇਰਾ ਵੀਰ ਬਾਕੀ ਜਾਣਕਾਰੀ ਲੈ ਸਕਦਾ ਹੈ ਜੀ ਹਾਂਜੀ ਵੀਰੋ ਅੱਗੇ ਗੱਲ ਕਰਦੇ ਆਂ ਆਪਾਂ ਨਿਊ ਹਾਲੈਂਡ 36 ਦੀ ਸਪੈਸ਼ਲ ਐਡੀਸ਼ਨ ਟਰੈਕਟਰ ਸੇਲ ਵਾਸਤੇ ਹੈ ਸਬਸਤਰੀ ਕੰਡੀਸ਼ਨ ਦੇ ਵਿੱਚ 2021 ਮਾਡਲ ਟਰੈਕਟਰ ਹੈ ਵੀਰੋ ਇਹ 2021 ਮਾਡਲ 300 ਘੰਟਾ ਟਰੈਕਟਰ ਟੋਟਲੀ ਵੀਰੋ ਚੱਲਿਆ ਹੋਇਆ ਹੈ 300 ਘੰਟਾ ਟੋਟਲੀ ਜੈਨੂਅਨ ਹੈ ਕੋਈ ਸਕ੍ਰੈਚਸ ਨਹੀਂ ਕੋਈ ਐਕਸੈਸਰੀ ਚੇਂਜ ਨਹੀਂ ਹੈਗੀ ਬਿਲਕੁਲ ਸ਼ੋਰੂਮ ਕੰਡੀਸ਼ਨ ਹੈ ਕੋਈ ਸਕ੍ਰੈਚਸ ਨਹੀਂ ਸੀਲਡ ਟਰੈਕਟਰ ਹੈ ਟੋਟਲੀ 300 ਘੰਟਾ ਟਰੈਕਟਰ ਟੋਟਲੀ ਸਾਰਾ ਚੱਲਿਆ ਹੋਇਆ ਹੈ 99% ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਜਨੇ ਨਾਲ ਦੇ ਟਾਇਰ ਨੇ ਜੋ ਏਜੰਸੀ ਵੱਲੋਂ ਫਿਟਿੰਗ ਹੋਈ ਹੈ। ਬਾਕੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਵਗੈਰਾ ਨਹੀਂ। ਪੇਪਰ ਵਗੈਰਾ ਕੰਪਲੀਟ ਮਿਲਣਗੇ ਡਾਕੂਮੈਂਟਸ ਵਗੈਰਾ मौके ਦੀ ਵੈਰੀਫਿਕੇਸ਼ਨ ਕਰ ਸਕਦੇ ਹੋ। ਮੀਟਰ ਵੈਰੇ ਦੇ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ। 21 ਮਾਡਲ ਟਰੈਕਟਰ ਹੈ ਜੀ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਬਾਕੀ ਸ਼ੋ ਵਗੈਰਾ ਗੋਮੀਟਰ ਵੈਰੇ ਦੇ ਫੋਟੋਆਂ ਚੈੱਕ ਕਰ ਸਕਦੇ ਹੋ। ਕੰਡੀਸ਼ਨ ਵਗੈਰਾ ਬਿਲਕੁਲ ਸਾਫ ਸੁਥਰੀ ਹੈ। ਰੇਟ ਵੀਰਾਂ ਵੱਲੋਂ 815000 ਰੁਪਏ ਰੱਖਿਆ ਗਿਆ ਜੀ 815000 ਰੁਪਿਆ ਪਰ ਵੀਰਾਂ ਦਾ ਏਰੀਆ ਮੋਗਾ ਜੀ ਮੋਗਾ ਇਰ ਵਿੱਚ ਟਰੈਕਟਰ ਖੜਾ ਹੈ ਵੀਰਾਂ ਕੋਲੇ ਵਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੋ ਮੇਰੇ ਵੀਰਾਂ ਨੇ ਹਾਲ ਤੱਕ ਆਪਣੀ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀਡੀਓ ਨੂੰ ਅੱਗੇ-ਤੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਵੀਰ ਆਪਣੇ ਚੈਨਲ ਟਰੈਕਟਰ ਯਾਰ ਦੇ ਨਾਲ ਜੁੜ ਸਕਣ ਤੇ ਨਵੇਂ ਚੀਜ਼ਾਂ ਤੁਹਾਡੇ ਲਈ ਲੈ ਕੇ ਆ ਸਕੀਏ ਇਸ ਕਰਕੇ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀਡੀਓ ਨੂੰ ਅੱਗੇ-ਤੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਹਾਂਜੀ ਵੀਰੋ ਅੱਗੇ ਆਪਾਂ ਗੱਲ ਕਰਦੇ ਆਂ ਸਵਰਾਜ ਟਰੈਕਟਰ ਸੇਲ ਵਾਸਤੇ ਹੈ ਜੀ ਸਵਰਾਜ 855 ਟਰੈਕਟਰ ਹੈ ਕੰਡੀਸ਼ਨ ਵਗੈਰਾ ਸਾਫ਼ ਸੁਥਰੀਆ ਵਧੀਆ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਕੰਡੀਸ਼ਨ ਦੇਖ ਸਕਦੇ ਹੋ 12 ਮਾਡਲ ਟਰੈਕਟਰ ਹੈ ਜੀ 2012 ਮਾਡਲ ਹੈ ਪੇਂਟ ਵਗੈਰਾ ਸਾਰਾ オリジナル ਹੈ オリジナル ਪੇਂਟ ਹੈ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਪਾਵਰ ਸਟੀering ਹੈ ਜੀ ਡਬਲ ਪੰਪ ਲੱਗਿਆ ਹੋਇਆ ਪਾਵਰ ਸਟੀering ਵਾਲਾ ਪਾਵਰ ਸਟੀering ਟਰੈਕਟਰ ਹੈ ਡਬਲ ਕਲੱਚ ਦੇ ਵਿੱਚ ਰਿਵਰਸ ਪੀਡੀਓ ਹੈ ਸੈਂਟਰ ਗੇਅਰ ਦੇ ਨਾਲ ਹੈ ਜੀ ਸਿੰਪਲ ਟਰੈਕਟਰ ਹੈ ਕਿਸੇ ਪ੍ਰਕਾਰ ਦੀ ਕੋਈ ਮੋਡੀਫਿਕੇਸ਼ਨ ਨਹੀਂ オリジナル ਟਰੈਕਟਰ ਹੈ ਸਿੰਪਲ 65% ਟਾਇਰ ਨੇ ਬੈਕ ਵਾਲੇ ਟਾਇਰ 80% ਨੇ ਕੰਡੀਸ਼ਨ ਵਗੈਰਾ ਬਿਲਕੁਲ ਸਾਫ਼ ਸੁਥਰੀ ਹੈ ਡਾਕੂਮੈਂਟਸ ਟੋਟਲੀ ਕੰਪਲੀਟ ਮਿਲਣਗੇ ਪੇਪਰ ਵਗੈਰਾ ਮੌਕੇ ਤੇ ਕੰਪਲੀਟ ਮਿਲਣਗੇ ਜੀ ਪੇਪਰਾਂ ਦੀ ਸੰਤੁਸ਼ਟੀ ਕਰਕੇ ਹਰ ਇੱਕ ਚੈਕਿੰਗ ਕਰਕੇ ਖਰੀਦ ਸਕਦਾ ਜੋ ਵੀ ਵੀਰ ਖਰੀਦਣ ਦਾ ਚਾਹ ਬਣ ਹੈ ਕੰਡੀਸ਼ਨ ਵਗੈਰਾ ਸਾਫ਼ ਸੁਥਰੀ ਹੈ ਬਿਲਕੁਲ ਕੋਈ ਲੀਕਿੰਗ ਸ਼ੀਕਿੰਗ ਡੈਮੇਜ ਨਹੀਂ ਟੋਟਲੀ オリジナル ਟਰੈਕਟਰ ਹੈ ਮਗਰਾਟਾਂ ਦੀ ਕੰਡੀਸ਼ਨ ਸਾਫ਼ ਹੈ ਹਰਿਆਣਾ ਏਰੀਏ ਦੇ ਵਿੱਚ ਟਰੈਕਟਰ ਖੜਾ ਹੈ ਜੀ ਫਤਿਹਪੁਰਬਾਦ ਦੇ ਵਿੱਚ ਮਾਨਕਪੁਰ ਪਿੰਡ ਹੈ ਵਿਰਾਂ ਦਾ ਜੀ ਫਤਿਹਪੁਰਬਾਦ ਦੇ ਵਿੱਚ ਮਾਨਕਪੁਰ ਪਿੰਡ ਹੈ ਵਰ ਵਧੇ ਰਿ ਜਾਣਕਾਰੀ ਲਈ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਰੇਟ ਵਿਰਾਂ ਵੱਲੋਂ ਰੱਖਿਆ ਗਿਆ ਜੀ 3,75,000 ਰੁਪਿਆ 3,75,000 ਰੁਪਿਆ ਵਿਰਾਂ ਵੱਲੋਂ ਮੁੱਲ ਰੱਖਿਆ ਗਿਆ ਬਾਕੀ ਵੀਰ ਮੌਕੇ ਤੇ ਘੱਟ ਕਰ ਲੈਣਗੇ ਜੀ ਅੱਗੇ ਵੀਰ ਆਪਾਂ ਗੱਲ ਕਰਦੇ ਆਂ ਐਸ਼ਰ 241 ਟਰੈਕਟਰ ਸੇਲਬਸ ਤੇ ਐ 2016 ਮਾਡਲ 2016 ਮਾਡਲ ਟਰੈਕਟਰ ਹੈ ਵੀਰੋ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਸਾਫ ਕੰਡੀਸ਼ਨ ਦੇ ਵਿੱਚ ਹੈ ਬਾਕੀ ਕਿਸੇ ਪ੍ਰਕਾਰ ਦੀ ਕੋਈ ਡੈਮੇਜ ਵਗੈਰਾ ਨਹੀਂ ਹੈਗੀ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਸਿੰਪਲ ਟਰੈਕਟਰ ਸਾਫਸਤਰੀ ਕੰਡੀਸ਼ਨ ਏਜੰਸੀ ਕੰਡੀਸ਼ਨ ਦੇ ਵਿੱਚ ਹੈ ਬਾਕੀ ਪੇਂਟ ਵਗੈਰਾ ਸਾਫਸਤਰਾ ਬਾਕੀ ਫੀਚਰਸ ਨੂੰ ਬੱਤੀਆਂ ਟਰੈਕਟਰ ਸਿੰਪਲ ਦੇ ਵਿੱਚ ਆਉਂਦਾ ਹੈ ਜਾਦਾ ਫੀਚਰ ਨਹੀਂ ਹੁੰਦੇ ਕੰਡੀਸ਼ਨ ਵਗੈਰਾ ਸਾਫ਼ ਸੁਥਰੀ ਹੈ ਬੈਕ ਸਾਈਡ ਤੋਂ ਮਗਰੇਟਾਂ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਪੰਜਾਬ ਬੰਬਰ ਟਰੈਕਟਰ ਹੈ ਜੀ ਪੀ ਵੀ 30 ਨੰਬਰ ਹੈ ਪੇਪਰ ਵਗੈਰਾ ਕੰਪਲੀਟ ਮਿਲ ਜਾਣਗੇ ਫਰੰਟ ਟਾਇਰ ਟਰੈਕਟਰ ਦੇ 90% ਨੇ ਔਰ ਬੈਕ ਵਾਲੇ ਟਾਇਰ 50% ਨੇ ਅਗਲੇ ਟਾਇਰ ਵੀ ਉਹ 90% ਨੇ ਮਗਲੇ ਟਾਇਰ 50% ਨੇ ਕੰਡੀਸ਼ਨ ਵਗੈਰਾ A1 ਹੈ ਪੇਟ ਵਗੈਰਾ ਜੈਨੂਇਨ ਟਰੈਕਟਰ ਦਾ ਕਿਸੇ ਪ੍ਰਕਾਰ ਦਾ ਕੋਈ ਬਦਲਾਵ ਨਹੀਂ ਮੋਡੀਫਿਕੇਸ਼ਨ ਨਹੀਂ ਜੈਨੂਨ ਟਰੈਕਟਰ ਹੈ ਰੇਟ ਵਿਰਾਂ ਵੱਲੋਂ ਰੱਖਿਆ ਗਿਆ ਟਰੈਕਟਰ ਦਾ 240000 ਰੁਪਇਆ 240000 ਰੁਪਇਆ ਵਿਰਾਂ ਵੱਲੋਂ ਰੇਟ ਰੱਖਿਆ ਗਿਆ ਬਾਕੀ ਵੀਰ ਮੌਕੇ ਤੇ ਘੱਟ ਕਰ ਲੈਣਗੇ ਗੰਗਾ ਨਗਰ ਏਰੀਆ ਵਿਰਾਂ ਦਾ ਵਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋਅਰ ਹੈ ਇਹ ਨੰਬਰ ਤੇ ਵੀਰਾਂ ਨਾਲ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਕਿਸੇ ਵੀ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਮੇਰਾ ਵੀਰ ਲੈ ਸਕਦਾ ਜੀ ਕੰਡੀਸ਼ਨ ਵਗੈਰਾ ਸਾਫ਼ ਹੈ ਕੰਡੀਸ਼ਨ ਵੈਸੇ ਚੈੱਕ ਵੀ ਕਰ ਸਕਦੇ ਹੋ ਅੱਗੇ ਵੀਰੋ ਆਪਾਂ ਗੱਲ ਕਰ ਰਹੇ ਹਾਂ ਤਵੀਆਂ ਸੇਲ ਵਾਸਤੇ ਨੇ ਜੀ 16 ਤਵੀਆਂ ਨੇ ਕੰਡੀਸ਼ਨ ਚ ਚੈੱਕ ਕਰ ਸਕਦੇ ਹੋ ਸਾਫ ਸਫਾਈ ਕੰਡੀਸ਼ਨ ਦੇ ਵਿੱਚ ਤਵੀਆਂ ਨੇ ਤਵਿਆਂ ਦੀ ਕੰਡੀਸ਼ਨ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦੇ ਵਿੱਚ ਤਵੇ ਪਏ ਨੇ 16 ਤਵੀਆਂ ਨੇ 95% ਤਵੇ ਨੇ ਜੀ ਹਿੱਪੋ ਦੇ ਤਵੇ ਨੇ 95 ਪੈਸੇ ਹਿੱਪੋ ਦੇ ਸਾਫ ਸਟਰੀ ਕੰਡੀਸ਼ਨ ਦੇ ਵਿੱਚ ਸਾਰਾ ਸੈਟਅਪ ਮਜ਼ਬੂਤ ਹੈਵੀ ਹੈ ਬੈਲ ਵਗੈਰਾ ਕੋਈ ਐਕਸਟਰਾ ਨਹੀਂ ਹੈਗਾ ਜੈਨੂਨ ਬੈਲ ਹੈ ਬਾਕੀ ਹਿੱਸਾ ਵਗੈਰਾ ਲੱਗਿਆ ਹੋਇਆ ਰਬੜ ਵਾਲੇ ਟਾਇਰ ਨੇ ਜੀ ਬੈਕ ਸਾਈਡ ਦੇ ਹਿੱਸਾ ਲੱਗਿਆ ਹੋਇਆ ਹੈ ਕੰਡੀਸ਼ਨ ਵਗੈਰਾ ਬਿਲਕੁਲ ਸਾਫ ਹੈ ਐਸੈਸਰੀ ਸਾਰੀ ਕੰਪਲੀਟ ਹੈ ਤਵੀਆਂ ਦੀ 95% ਤਵੇ ਨੇ ਐਸੈਸਰੀ ਟੋਟਲੀ ਸਾਰੀ ਕੰਪਲੀਟ ਹੈ ਰੇਟ ਵਿਰੇਵਾਂ ਵੱਲੋਂ ਰੱਖਿਆ ਗਿਆ ਜੀ ਤਵੀਆਂ ਦਾ 55000 ਰੁਪਿਆ 55000 ਰੁਪਿਆ ਵਿਰੇਵਾਂ ਵੱਲੋਂ ਮੁੱਲ ਰੱਖਿਆ ਗਿਆ ਹੈ ਵਿਰਾਂ ਦਾ ਏਰੀਆ ਜੋ ਗਰਦਾਸਪੁਰ ਏਰੀਏ ਦੇ ਵਿੱਚ ਹੈ ਵਿਰਾਂ ਕੋਲੇ ਤਵੀਆਂ ਖੜੀਆਂ ਜੀ ਗਰਦਾਸਪੁਰ ਦੇ ਵਿੱਚ ਬਦੇ ਰੀਜਾਂ ਗੱਲੀ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜਿਸ ਨੰਬਰ ਤੇ ਕੰਟੈਕਟ ਕਰਕੇ ਵਿਰਾਂ ਨਾਲ ਗੱਲਬਾਤ ਕਰਕੇ ਤਵੀਆਂ ਨੂੰ ਖਰੀਦ ਸਕਦੇ ਹੋ ਤਵੀਆਂ ਸੰਬੰਧੀ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰਕੇ ਬਾਕੀ ਜਾਣਕਾਰੀ ਲੈ ਸਕਦਾ ਜੀ ਅੱਗੇ ਵੀਰੋਂ ਆਪਾਂ ਗੱਲ ਕਰਦੇ ਹਾਂ 14 ਫੁੱਟ ਟਰਾਲਾ ਸੇਲ ਵਾਸਤੇ ਹੈ ਜੀ 14 ਫੁੱਟ ਲੰਬਾਈ ਦੇ ਵਿੱਚ 7 ਫੁੱਟ ਚੜਾਈ ਦੇ ਵਿੱਚ ਸਾਫ ਸੁੱਤਰੀ ਕੰਡੀਸ਼ਨ ਦੇ ਵਿੱਚ ਡਬਲ ਜੈਕ ਵਾਲਾ ਜੀ ਡਬਲ ਜੈਕ ਲੱਗਿਆ ਹੋਇਆ ਲਿਫਟ ਪੰਪ ਲੱਗਿਆ ਹੋਇਆ ਡਬਲ ਜੈਕ ਵਾਲਾ ਜੀ ਟੋਟਲੀ ਮਾਲ ਲੱਗਿਆ ਹੋਇਆ ਜੋ ਟਾਟਾ ਸੇਲ ਦਾ ਲੱਗਿਆ ਹੋਇਆ ਜੀ ਟੋਟਲੀ ਲੋਹਾ ਟਾਟਾ ਸੇਲ ਦਾ ਲੱਗਿਆ ਹੋਇਆ ਬਿਲਕੁਲ ਸਾਫ ਸੁੱਤਰੀ ਕੰਡੀਸ਼ਨ ਵਿੱਚ ਮਯੂਤ ਹੈਵੀ ਟਰਾਲਾ ਬਣਿਆ ਹੋਇਆ ਜੀ 10 ਨਟੀਆਂ ਹੱਬਾਂ ਲੱਗੀਆਂ ਹੋਈਆਂ ਨੇ ਜੀ 10 ਨਟੀਆਂ ਹੱਬਾਂ ਜੋ ਟਾਟਾ ਦੀਆਂ ਲੱਗੀਆਂ ਹੋਈਆਂ ਨੇ ਰੇਲ ਦਾ ਹਿੱਸਾ ਲੱਗਿਆ ਹੋਇਆ ਹੈ ਮੱਛੀ ਹੁੱਕ ਲੱਗੀ ਹੋਈ ਹੈ ਟਰਾਲੇ ਨੂੰ ਮੱਛੀ ਹੁੱਕ ਲੱਗੀ ਹੈ 10 ਇੰਚ 82 ਲੱਗੀ ਹੋਈ ਹੈ ਜੀ 45% ਪੱਕੇ ਬੇਦਾਗ ਸਾਫ ਸੁਥਰੇ ਟਾਇਰ ਨੇ 45% ਟਾਇਰ ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਚ ਨੇ ਵੇਟ ਦੀ ਜੇਕਰ ਆਪਾਂ ਗੱਲ ਕਰੀਏ ਵੇਟ ਹੈ ਟਰਾਲੇ ਦਾ 28 ਕੁਇੰਟਲ ਵੇਟ ਹੈ ਜੀ 28 ਕੁਇੰਟਲ ਵੇਟ ਹੈ ਟਰਾਲੇ ਦੇ ਵਿੱਚ ਮਜ਼ਬੂਤ ਪੂਰਾ ਫੁੱਲ ਹੈਵੀ ਟਰਾਲਾ ਬਣਿਆ ਹੋਇਆ ਹੈ 5 ਮਹੀਨੇ ਪੁਰਾਣਾ ਟਰਾਲਾ ਜੀ 5 ਮੰਥ 올ਡ ਟਰਾਲਾ ਹੈ ਬਾਕੀ ਕੰਡੀਸ਼ਨ ਸਾਫ ਆ ਬਿਲਕੁਲ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਜੀ ਰਿਮਾ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਰੇਟ ਵਿਰਾਂ ਵੱਲੋਂ ਰੱਖਿਆ ਗਿਆ ਜੀ 273000 ਰੁਪਇਆ ਔਰ ਅਬ ਦੀ ਜਾਨਕਾਰੀ ਲਈ ਜੋ ਕੰਟੈਕਟ ਨੰਬਰ ਹੈ ਅੱਗੇ ਸਕਰੀਨ ਤੇ ਸ਼ੋਅ ਹੋਏਗਾ ਵਿਰਾਂ ਦਾ ਏਰੀਆ ਖਰੜ ਮੁਹਾਲੀ ਏਰੀਆ ਵਿਰਾਂ ਦਾ ਖਰੜ ਮੁਹਾਲੀ ਏਰੀਆ ਵਿਰਾਂ ਦਾ ਜੀ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ 273000 ਰੁਪਇਆ ਵਿਰਾਂ ਵੱਲੋਂ ਪ੍ਰਾਈਸ ਰੱਖਿਆ ਗਿਆ 14 ਫੁੱਟ ਲੰਬਾ 7 ਫੁੱਟ ਚੌੜਾ ਜੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਚ ਟਾਟਾ ਸੇਲ ਦਾ ਲੋਹਾ ਲੱਗਿਆ ਸਾਰਾ ਫੁੱਲ ਮਜ਼ਬੂਤ ਹੈਵੀ ਵੇਡ ਲੱਗਿਆ ਹੋਇਆ ਹੈਵੀ ਟਰਾਲਾ ਤਿਆਰ ਹੋਇਆ ਜੀ ਹਾਂਜੀ ਵੀਰੋ ਅੱਜ ਦੀ ਵੀਡੀਓ ਦਾ ਸਫ਼ਰ ਆਪਣਾ ਇੱਥੋਂ ਤੱਕ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਮੇਰੇ ਵੀਰਾਂ ਨੇ ਹਾਲ ਤੱਕ ਆਪਣੇ ਚੈਨਲ ਟ੍ਰੈਕਟਰੀਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਰੋਜ਼ਾਨਾ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਬਸਕ੍ਰਾਈਬਰ ਬਿਲਕੁਲ ਫ੍ਰੀ ਦੇ ਵਿੱਚ ਹੁੰਦਾ ਵੀਰੋ ਰੋਜ਼ਾਨਾ ਸੀ ਨਵੀਂ ਵੀਡੀਓ ਲੈ ਕੇ ਆਉਣਾ ਉਹ ਤੁਹਾਡੇ ਤੱਕ ਪਹੁੰਚਿਆ ਕਰੇ ਇਸ ਦਾ ਮਤਲਬ ਸਬਸਕ੍ਰਾਈਬ ਹੈ ਬਾਕੀ ਜੋ ਵੀਰਾਂ ਨੇ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਵੀਡੀਓ ਨੂੰ ਅੱਗੇ-ਤੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਰੇ ਵੀਰਾਂ ਦੀ ਹੈਲਪ ਹੋ ਸਕੇ ਆਸਾਨ ਨੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਆਸਾਨ ਦੇ ਨਾਲ ਵੀਡੀਓ ਦੇਖ ਕੇ ਖਰੀਦ ਸਕੇ